ਸਾਰਾ ਦੇਸ਼ ਆਜ਼ਾਦੀ ਦਿਹਾੜਾ ਬੜੇ ਧੂਮ ਧਾਮ ਨਾਲ ਮਨਾ ਰਿਹਾ ਹੈ। ਜੇ ਗੱਲ ਕਰੀਏ ਬਠਿੰਡਾ ਦੀ ਤਾਂ ਬਠਿੰਡਾ ਵਿੱਚ ਜਿਹੜੇ ਮਲਟੀ ਲੈਵਲ ਪਾਰਕਿੰਗ ਨੂੰ ਲੈ ਕੇ ਬਠਿੰਡਾ ਦੇ ਵਪਾਰੀਆਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਸਾਡੇ ਨਾਲ ਵਪਾਰੀ ਆਗੂ ਮੌਜੂਦ ਨੇ, ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ, ਅੱਜ ਜਿੱਥੇ ਸਾਰਾ ਦੇਸ਼ ਬੜੀ ਧੂਮ ਧਾਮ ਨਾਲ ਜਿਹੜਾ ਆਜ਼ਾਦੀ ਦਿਹਾੜਾ ਮਨਾ ਰਿਹਾ, ਉੱਥੇ ਤੁਸੀਂ ਮਲਟੀ ਲੈਵਲ ਪਾਰਕਿੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ? ਪਹਿਲੇ ਤਾਂ ਆਜ਼ਾਦੀ ਦਿਹਾੜੇ ਤੇ ਸਾਰਿਆਂ ਨੂੰ ਆਜ਼ਾਦੀ ਦੀਆਂ ਅਸੀਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਔਰ ਅਸੀਂ ਵੀ ਇੱਥੇ ਆਪਣਾ ਆਜ਼ਾਦੀ ਦਿਹਾੜਾ ਮਨਾਇਆ, ਇਹ ਆਜ਼ਾਦੀ ਦਿਹਾੜਾ ਵੀ ਸਾਡੀ ਆਜ਼ਾਦੀ ਦੇ ਵਿੱਚ ਇੱਕ ਸ਼ਾਮਿਲ ਰਹੂਗਾ। ਔਰ ਯਾਦ ਰਹੂਗਾ ਕਿ ਅਸੀਂ ਵੀ ਕਿਸੇ ਟਾਈਮ ਤੇ ਮਲਟੀਕਲ ਪਾਰਕਿੰਗ ਜਿਹੜੀ ਨਗਰ ਨਿਗਮ ਦਾ ਜਿਹੜਾ ਸਾਡੇ ਤੇ ਸ਼ਰੇਆਮ ਜਿਹੜਾ ਧੱਕਾ ਹੋਇਆ ਸੀਗਾ, ਉਸ ਧੱਕੇ ਦੇ ਖਿਲਾਫ ਜਿਹੜਾ ਹੈ ਅਸੀਂ ਆਜ਼ਾਦੀ ਲੈਣਾ ਸੀ ਆਪਣੀਆਂ ਪੀੜ੍ਹੀਆਂ ਵਾਸਤੇ, ਅਸੀਂ ਇੱਥੇ ਇਕੱਠੇ ਹੋਏ ਸੀਗੇ। ਔਰ ਅੱਜ ਇੱਥੇ ਆਜ਼ਾਦੀ ਦਿਹਾੜਾ ਅਸੀਂ ਇੱਥੇ ਸ਼ੁਰੂ ਕੀਤਾ। ਔਰ ਉਸ ਤੋਂ ਬਾਅਦ ਜਿਹੜਾ ਹੈ, ਹੁਣ ਸੁਣਨ ਚ ਆਇਆ ਕਿ SDM ਸਾਹਿਬ ਆਏ ਸੀਗੇ ਇੱਥੇ, ਔਰ SDM ਸਾਹਿਬ ਨੇ ਜਿਹੜਾ ਹੈ ਸਾਨੂੰ ਲਿਖਤੀ ਰੂਪ ਚ ਆਸ਼ਵਾਸਨ ਦੇ ਦਿੱਤਾ ਕਿ ਅਸੀਂ ਜਿਹੜਾ ਹੈ 23 ਤਰੀਕ ਦਾ ਮਤਾ ਪਾਤਾ, 23 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈ, ਔਰ ਉਹਦੇ ਚ MCA ਸਾਹਿਬਾਨ ਜਿਹੜੇ ਹੈ ਉਹਨਾਂ ਦੇ ਮਤੇ ਦੇ ਵਿੱਚ ਜਿਹੜਾ ਹੈ ਕੈਂਸਲੇਸ਼ਨ ਦੇ ਵਿੱਚ ਜਾ ਰਹੇ ਹੈ। ਅਸੀਂ ਉਹਨਾਂ ਦਾ ਲੱਖ ਲੱਖ ਧੰਨਵਾਦ ਕਰਾਂਗੇ ਜੇ ਉਹ ਇਸ ਮਤੇ ਨੂੰ ਪਾਸ ਕਰਾਉਂਦੇ ਆ। ਔਰ ਦੂਸਰੇ ਪਾਸੇ ਜਿੰਨੇ ਵੀ MCA ਸਾਹਿਬਾਨ ਹੈਗੇ, ਅਸੀਂ ਸਾਰਿਆਂ ਨੂੰ ਕਲੀਅਰ ਕੱਟ ਮੈਸੇਜ ਲਾਉਣਾ ਚਾਹੁੰਦੇ ਹਾਂ, ਜਿਹਨੇ ਵੀ ਕਿਸੇ ਨੇ ਵੀ ਕੋਈ ਵੀ ਰੁਝੇਵਾਂ ਹੈ, ਕਿਸੇ ਨੂੰ ਕੁਝ ਵੀ ਹੈ, ਲੇਕਿਨ 23 ਤਰੀਕ ਨੂੰ ਜਿਹੜਾ ਨਹੀਂ ਆਉਂਦਾ ਉਹਦਾ ਸਾਡੇ ਵੱਲੋਂ ਟੋਟਲ 100% ਸਾਰੇ ਵਪਾਰੀਆਂ ਵੱਲੋਂ ਸੋਸ਼ਲ ਬਾਈਕਾਟ ਰਹੂਗਾ। ਕਪੂਰ ਸਾਹਿਬ, ਜੇ ਗੱਲ ਕਰੀਏ, ਕੱਲ ਬਠਿੰਡਾ ਸ਼ਹਿਰੀ ਦੇ MLA ਜਗਰੂਪ ਸਿੰਘ ਗਿੱਲ ਨਾਲ ਵੀ ਤੁਹਾਡੀ ਵਪਾਰੀਆਂ ਨਾਲ ਮੀਟਿੰਗ ਕਰਕੇ ਗਏ ਆ, ਉਹ ਕਹਿੰਦੇ ਮੈਨੂੰ ਆਸ਼ਵਾਸਨ ਦਿੱਤਾ ਵੀ 15 ਅਗਸਤ ਵਾਲੇ ਦਿਨ ਜਿਹੜੇ ਵਪਾਰੀ ਆ ਬਠਿੰਡੇ ਚ ਧਰਨਾ ਨਹੀਂ ਲਗਾਉਣਗੇ, ਕੀ ਕਹਿਣਾ ਚਾਹੋਗੇ? ਅਸੀਂ ਕੋਈ ਆਸ਼ਵਾਸਨ ਨਹੀਂ ਦਿੱਤਾ ਜੀ, ਕਿਸੇ ਗਿੱਲ ਸਾਹਿਬ ਨੂੰ ਆਸ਼ਵਾਸਨ ਨਹੀਂ ਦਿੱਤਾ। ਗਿੱਲ ਸਾਹਿਬ ਸਾਡੇ ਨਾਲ ਮੀਟਿੰਗ ਕਰਨ ਆਏ ਸੀਗੇ, ਮੀਟਿੰਗ ਜਿੰਨੀ ਦੇਰ ਵੀ ਚਲਦੀ ਰਹੀ ਹੈ ਇਸੇ ਗੱਲ ਤੇ ਰਹੀ ਹੈ ਕਿ ਤੁਸੀਂ ਕੈਂਸਲ ਕਰਵਾ ਦਿਓ, ਅਸੀਂ ਧਰਨਾ ਵਾਪਸ ਲੈ ਲਾਂਗੇ। ਕੈਂਸਲ ਹਜੇ ਤੱਕ ਨਹੀਂ ਹੋਇਆ ਤੇ ਧਰਨਾ ਵਾਪਸ ਹੋਣ ਵਾਲਾ ਤਾਂ ਕੋਈ ਰਾਹ ਵੀ ਨਹੀਂ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਰਾਤ ਨੂੰ ਸਾਡੇ DC ਸਾਹਿਬਾਨ ਨਾਲ ਮੀਟਿੰਗ ਕੀਤੀ, ਉਹਦੇ 'ਚ ਵੀ ਗਿੱਲ ਸਾਹਿਬ ਸੀਗੇ, ਲੇਖ ਨੂੰ ਗੈਸਟ ਹਾਊਸ ਦੇ ਵਿੱਚ ਰਾਤ ਨੂੰ 9 ਵਜੇ DC ਸਾਹਿਬ ਵੀ ਸੀ, ਗਿੱਲ ਸਾਹਿਬ ਵੀ ਸੀਗੇ, ਔਰ ਕਈ ਸਾਰੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਕੁਛ ਆਪਾਂ ਕਹਿ ਦਈਏ 1-2 ਬੰਦੇ ਉਹਨਾਂ ਦੇ ਉਹ ਵੀ ਵਿੱਚ ਸ਼ਾਮਿਲ ਸੀਗੇ। ਅਸੀਂ ਉੱਥੇ ਵੀ ਇਹਨਾਂ ਨੂੰ ਕਲੀਅਰ ਕੱਟ ਗਿਆ ਸੀਗਾ ਵੀ ਸਾਡੇ ਵੱਲੋਂ ਉਦੋਂ ਹੀ ਧਰਨਾ ਚੱਕਿਆ ਜਾਊਗਾ ਜਦੋਂ ਤੁਸੀਂ ਸਾਨੂੰ 100% ਕਹਿ ਦੋਗੇ ਕਿ ਹਾਂ ਭਾਈ ਤੁਹਾਡਾ ਜਿਹੜਾ ਮਲਟੀਪਲ ਪਾਰਕਿੰਗ ਜਿਹੜਾ ਠੇਕਾ ਹੈਗਾ ਕੈਂਸਲ ਹੋ ਗਿਆ। ਅੱਜ ਜਿਹੜਾ ਲਿਖਤੀ ਰੂਪ ਚ ਸਾਡੇ ਸਾਹਮਣੇ ਆਇਆ ਕਿ 23 ਤਰੀਕ ਦੀ ਮੀਟਿੰਗ ਬੁਲਾਈ ਗਈ ਹੈ, 23 ਤਰੀਕ ਦੀ ਮੀਟਿੰਗ ਤੋਂ ਬਾਅਦ ਹੀ ਇਸ ਚੀਜ਼ ਦੇ ਬਾਰੇ ਦੱਸਿਆ ਜਾਊਗਾ। ਸੇਮ ਸਾਡੀ 18 ਤਰੀਕ ਨੂੰ ਵਪਾਰੀ ਜਿਹੜਾ ਸਾਂਝਾ ਮੋਰਚਾ ਹੈ ਉਹਦੀ ਮੀਟਿੰਗ ਹੋਣ ਜਾ ਰਹੀ ਹੈ, 18 ਤਰੀਕ ਨੂੰ ਅਸੀਂ ਆਪਣੀ ਮੀਟਿੰਗ ਕਰਾਂਗੇ, 23 ਤਰੀਕ ਨੂੰ ਕਾਰਪੋਰੇਸ਼ਨ ਦਾ ਦਫ਼ਤਰ ਜਿਹੜਾ ਨਗਰ ਨਿਗਮ ਦਾ ਦਫ਼ਤਰ ਹੈ ਉਹਦੇ ਬਾਹਰ ਸਾਡਾ ਓਪਨ ਧਰਨਾ ਦੁਬਾਰਾ ਤੋਂ ਫੇਰ ਲੱਗੂਗਾ, ਔਰ ਉੱਥੇ ਲੰਗਰ ਵੀ ਲੱਗੂਗਾ। ਉੱਥੇ ਹੀ ਜਾ ਕੇ ਜਦੋਂ ਇਹ ਧਰਨੇ ਦੇ ਆਪਣੇ ਮਤੇ ਦੇ ਵਿੱਚ ਪਾਸ ਕਰਕੇ ਆਣਗੇ ਕਿ ਹਾਂ ਤੁਹਾਡਾ ਠੇਕਾ ਕੈਂਸਲ ਹੋ ਚੁੱਕਾ ਹੈ, ਉਸ ਤੋਂ ਬਾਅਦ ਹੀ ਅਸੀਂ ਆਪਣੇ ਇੱਕ ਦੂਜੇ ਨੂੰ ਜਿਹੜਾ ਹੈ ਆਜ਼ਾਦੀ ਵੀ ਮਨਾਵਾਂਗੇ ਤੇ ਲੱਖ ਲੱਖ ਵਧਾਈਆਂ ਵੀ ਦੇਵਾਂਗੇ। ਕਪੂਰ ਸਾਹਿਬ, ਜੇ ਗੱਲ ਕਰੀਏ ਕਿ ਲੱਗਦਾ ਹੈਗਾ 23 ਤਰੀਕ ਨੂੰ ਇਹ ਮਸਲੇ ਦਾ ਹੱਲ ਹੋ ਜਾਏਗਾ? ਜੇ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਫਿਰ ਨਗਰ ਨਿਗਮ ਹੋਵੇ ਤੇ ਚਾਹੇ ਕੋਈ ਪ੍ਰਸ਼ਾਸਨ ਹੋਵੇ ਉਹਨਾਂ ਦਾ ਵੀ ਬਠਿੰਡੇ ਦੇ ਅੰਦਰ ਜੀਣਾ ਅਸੀਂ ਖਤਮ ਕਰ, ਉਹ ਕਹਿੰਦਾ ਹਰਾਮ ਕਰ ਦਿਆਂਗੇ, ਇੰਨੀ ਕੁ ਤਾਂ ਸਾਡੇ 'ਚ ਵੀ ਤਾਕਤ ਹੈਗੀ ਹੈ। ਇਹ ਉਹਨਾਂ ਨੂੰ ਵੀ ਪਤਾ ਲੱਗ ਚੁੱਕਿਆ ਕਿ ਵਪਾਰੀ ਹੁਣ ਜਾਗ ਚੁੱਕਿਆ ਹੈ, ਉਹ ਵਪਾਰੀ ਨਹੀਂ ਰਿਹਾ ਕਿ ਜਿੰਨਾ ਧੱਕਾ ਤੁਸੀਂ ਪਹਿਲੇ ਕਰਦੇ ਰਹੇ ਹੋ ਵਪਾਰੀਆਂ ਤੇ ਹੁਣ ਫਿਰ ਸਹਿਣ ਕਰੀ ਜਾਊਗਾ, ਹੁਣ ਉਹ ਵਪਾਰੀ ਸਹਿਣ ਨਹੀਂ ਕਰੂਗਾ ਚਾਹੇ ਜਿੰਨਾ ਮਰਜ਼ੀ ਹੋਵੇ। ਕਪੂਰ ਸਾਹਿਬ, ਜੇ ਗੱਲ ਕਰੀਏ, ਦੇਖੋ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ, ਪਹਿਲਾਂ ਹੀ ਕੰਮ ਕਾਰ ਹੈ ਨਹੀਂ ਵਪਾਰੀਆਂ ਕੋਲੇ ਤੇ ਕਾਫੀ ਲੋਸ ਹੋ ਰਿਹਾ ਵਪਾਰੀਆਂ ਨੂੰ, ਕੀ ਕਹਿਣਾ ਚਾਹੋਗੇ? ਜੇ ਵਪਾਰੀਆਂ ਨੂੰ ਉਹ ਕਹਿੰਦੇ ਨਾ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਗੱਲ ਕਰੀਏ ਤੇ ਚਾਹੇ ਦੂਜੇ ਸੀਜ਼ਨ ਦੀ ਗੱਲ ਕਰੀਏ, ਹਰ ਬੰਦੇ ਨੂੰ ਇਹ ਪਤਾ ਲੱਗ ਗਿਆ ਕਿ ਜੇ ਮੈਂ ਨਹੀਂ ਲੜੂੰਗਾ ਉਹ ਵੀ ਮਰ ਜਾਊਗਾ ਮੇਰੀ ਦੁਕਾਨ ਤੇ, ਨਾ ਤਾਂ ਕਿਰਾਏ ਭਰੇ ਜਾਣਗੇ ਦੁਕਾਨਾਂ ਦੇ ਕਿਰਾਏ ਭਰੇ ਜਾਣ ਦੇ ਨਾਲ ਬੈਂਕਾਂ ਦੀਆਂ ਲਿਮਟਾਂ ਦੇ ਵਿਆਜ ਭਰੇ ਜਾਣ, ਜੇ ਮੈਂ ਉਹ ਨਹੀਂ ਲੜ ਕੇ ਨਹੀਂ ਮਰੂੰਗਾ ਤਾਂ ਉਹ ਮਰ ਜਾਊਗਾ, ਤੇ ਇਹਦੇ ਨਾਲੋਂ ਚੰਗਾ ਕਿ ਲੜ ਕੇ ਮਰਾਂ ਤੇ ਅੱਜ
ਤੁਹਾਨੂੰ ਤਾਂ ਅਸੀਂ ਲੜਨ ਵਾਸਤੇ ਵੀ ਨਹੀਂ ਕਹਿੰਦੇ, ਵਪਾਰ ਮੰਡਲ ਹੋਵੇ ਚਾਹੇ ਸਾਂਝਾ ਮੋਰਚਾ ਹੋਵੇ, ਤੁਹਾਨੂੰ ਤਾਂ ਇਹੀ ਕਹਿੰਦਾ ਵੀ ਤੁਸੀਂ ਸਾਡੇ ਨਾਲ ਆ ਕੇ ਸਾਥ ਦਿਓ, ਤੁਸੀਂ ਦੇਖੋ ਨਜ਼ਾਰੇ ਅੱਗੇ ਹੁੰਦਾ ਕੀ ਹੈ। ਅੱਜ ਤੁਹਾਨੂੰ ਅਸੀਂ ਕਲੀਅਰ ਕੱਟ ਕਹਿ ਰਹੇ ਹਾਂ ਕਿ 23 ਤਰੀਕ ਨੂੰ ਬਠਿੰਡੇ ਵਾਲੇ ਖੁੱਲ੍ਹ ਕੇ ਆਜ਼ਾਦੀ ਮਨਾਉਣਗੇ, ਪਰ ਹਜੇ ਨਹੀਂ ਹੈ, 23 ਤਰੀਕ ਆ ਜਾਣ ਦਿਓ, ਇਹਨਾਂ ਦਾ ਮਤੇ ਦਾ ਫਾਈਨਲ ਹੋ ਜਾਣ ਦਿਓ, ਉਦੋਂ ਬਾਅਦ ਤੁਹਾਨੂੰ ਅਸੀਂ ਦੱਸਦੇ। ਬੋਲ ਸਾਹਿਬ, MCs ਦੀ ਗੱਲ ਚੱਲ ਰਹੀ ਹੈ ਬਠਿੰਡਾ 'ਚ, ਕਿੰਨੇ MC ਜਿਹੜਾ ਤੁਹਾਡਾ ਸਮਰਥਨ ਕਰ ਰਹੇ ਮਲਟੀ ਲੈਵਲ ਪਾਰਕਿੰਗ ਨੂੰ ਲੈ ਕੇ ਵਪਾਰੀਆਂ ਦਾ? MC ਸਾਹਿਬਾਨਾਂ ਵੱਲੋਂ ਅੱਜ ਦੀ ਡੇਟ ਦੇ ਵਿੱਚ ਜੇ ਗੱਲ ਕਰੀਏ ਤਾਂ 49 ਦੇ 49 ਸਾਨੂੰ ਆਸ਼ਵਾਸਨ ਮਿਲ ਰਹੇ ਹੈ, ਸਮਝ ਆ ਰਹੀ ਹੈ, ਅਲੱਗ ਅਲੱਗ ਜਗ੍ਹਾ ਤੋਂ ਅਲੱਗ ਅਲੱਗ ਬੰਦਿਆਂ ਤੋਂ ਸਾਨੂੰ ਆਸ਼ਵਾਸਨ ਵੀ ਮਿਲ ਰਿਹਾ, ਆਵਾਜ਼ਾਂ ਵੀ ਆ ਰਹੀ ਹੈ, ਪਰ ਓਨੀ ਦੇਰ ਤੱਕ ਕਿਸੇ ਦਾ ਵੀ ਆਸ਼ਵਾਸਨ ਸਾਡੇ ਕੰਨਾਂ 'ਚ ਜਾਂ ਸਾਡੇ ਦਿਲਾਂ 'ਤੇ ਨਹੀਂ ਆਊਗਾ ਜਦ ਤੱਕ ਰਿਟਰਨ ਦੇ ਵਿੱਚ ਨਹੀਂ ਜਾਊਗਾ। ਜਦੋਂ ਰਿਟਰਨ 'ਚ ਉਹਨਾਂ ਦਾ ਆਸ਼ਵਾਸਨ ਮਤੇ ਦੇ ਵਿੱਚ ਪੈ ਜੂਗਾ, ਮਤੇ ਦੇ ਵਿੱਚ ਕੈਂਸਲ ਹੋ ਜੂਗਾ, ਠੀਕ ਆ, ਉਦੋਂ ਬਾਅਦ ਹੀ ਅਸੀਂ ਮੰਨਾਂਗੇ, ਅਦਰਵਾਈਜ਼ ਸਾਡਾ ਕੋਈ ਆਸ਼ਵਾਸਨ ਨਹੀਂ। ਬਿਲਕੁਲ ਜੀ ਬਿਲਕੁਲ, ਐਸੀ ਵਪਾਰੀ ਆਗੂ ਜਿਨ੍ਹਾਂ ਨੇ ਕਿਹਾ ਕਿ 23 ਤਰੀਕ ਨੂੰ ਜੇ ਮਲਟੀ ਲੈਵਲ ਪਾਰਕਿੰਗ ਦਾ ਜਿਹੜਾ ਮਸਲੇ ਦਾ ਹੱਲ ਪ੍ਰਸ਼ਾਸਨ ਵੱਲੋਂ ਜੇ ਨਾ ਕੀਤਾ ਗਿਆ ਤਾਂ ਜਿਹੜਾ ਵਪਾਰੀਆਂ ਵੱਲੋਂ ਹੈ ਧਰਨਾ ਪ੍ਰਦਰਸ਼ਨ ਹੋ ਰਿਹਾ ਜਿਹੜਾ ਤਿੱਖੇ ਕੀਤੇ ਜਾਣਗੇ। ਕੈਮਰਾਮੈਨ ਸੁਜਲ ਦੇ ਨਾਲ ਮਨੋਜ ਚਰਖੀਵਾਲ, ਦੈਨਿਕ ਸਵੇਰਾ TV ਬਠਿੰਡਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।